सूरा सो पहचानिए जो लड़े दीन के हेठ, पुर्जा पुर्जा कट मरे कभू न छोड़े खेत। वाहेगुरु जी का खालसा, श्री वाहेगुरु जी की फतेह। सतगुरु जी दी साजी निवाजी साध संगत जी, अज तुहाडी सेवा विच 1922 विच वापरी इतिहासक गाथा पेश कर रहे हैं, जिस नूं गा रहे हैं जगत प्रसिद्ध गायक श्री कुलदीप माणक। कादी जिंदगी कावा ते गिदड़ा दी, ओ जेड़े जन्म तो ही बेईमान हुंदे, कौन पुछदा भेड़ा ते बकरियां नू, शेर पिंजरिया दी सदा शान हुंदे, कौम सदा यो नार पूजदी है, जेड़े कौम दे लई कुर्बान हुंदे, सूरवीर योद्धियां ते सिरलथां दी धरती पंजाब। पंजाब दा कण कण अज भी बबरां दी कुर्बानी दी शहादत दे रहा है। 1921 दा समा, जत्थेदार सरदार किशन सिंह गड़गज ने अकालियां विचों गर्म ख्यालियां दा एक जत्था तैयार किया, जिन्हां दे हर मैंबर नूं बबर आख्या जांदा सी। समें दे बीतण नाल अंग्रेज हुकूमत दा तशद्दुद वध गया। फिर एक दिन बबरां ने मीटिंग सदी, जत्थेदार किशन सिंह गड़गज ने बब्बरां नूं इंज ललकारिया, छोड़ चुके अंग्रेज दे हम
ਬੱਬਰਾਂ ਨੇ ਮੁਖਬਰਾਂ ਤੇ ਗੱਦਾਰਾਂ ਦੀਆਂ ਲਿਸਟਾਂ ਬਣਾ ਲਈਆਂ ਜਿਨ੍ਹਾਂ ਵਿੱਚ ਰਾਣੀਪੁਰ ਦੇ ਜੈਲਦਾਰ ਬਿਸ਼ਨ ਸਿੰਘ ਦਾ ਨਾਂ ਵੀ ਸ਼ਾਮਲ ਸੀ। ਬਾਬਰਾਂ ਨੇ ਉਸ ਨੂੰ ਸੋਧਣ ਦੀ ਕਈ ਵਾਰ ਕੋਸ਼ਿਸ਼ ਕੀਤੀ ਪਰ ਨਾਕਾਮ ਰਹੇ। 10 ਫਰਵਰੀ 1923 ਨੂੰ ਸਤਿਗੁਰਾਂ ਨੇ ਮੌਕਾ ਦੇ ਹੀ ਦਿੱਤਾ। ਬਾਬਰਾਂ ਨੂੰ ਦੇਖ ਜੈਲਦਾਰ ਦੀ ਖਾਨਿਓ ਗਈ। ਡੌਰ ਪੌਰ ਹੋ ਬੱਬਰਾਂ ਦੇ ਪੈਰੀ ਪੱਗ ਤਰ ਮਿੰਨਤਾਂ ਕਰਨ ਲੱਗਾ।
ਮੈਂ ਤਾਂ ਸਿੰਘੋ ਮਾਫੀ ਮੰਗਾ, ਨਵਾਂ ਪੁਲਿਸ ਕੋਲ ਦੀ ਲੰਗਾ। ਮੈਂ ਤਾਂ ਸਿੰਘੋ ਮਾਫੀ ਮੰਗਾ, ਨਵਾਂ ਪੁਲਿਸ ਕੋਲ ਦੀ ਲੰਗਾ। ਡਾਂਡਾ ਵਿੱਚ ਤਰੀ ਕੇ ਸੰਗਾ, ਮੇਰੇ ਪਾਪ ਹਰ ਦਿਓ ਜੀ। ਮੈਂ ਤਾਂ ਕਾਲੀ ਗਊਆ ਤੁਹਾਡੀ, ਮੈਨੂੰ ਮਾਫ ਕਰ ਦਿਓ ਜੀ। ਮੈਂ ਤਾਂ ਕਾਲੀ ਗਊਆ ਤੁਹਾਡੀ, ਮੈਨੂੰ ਮਾਫ ਕਰ ਦਿਓ ਜੀ, ਮੈਨੂੰ ਮਾਫ ਕਰ ਦਿਓ ਜੀ, ਮੈਨੂੰ ਮਾਫ ਕਰ ਦਿਓ ਜੀ। ਪਰ ਜੈਲਦਾਰ ਦੀਆਂ ਮਿੰਨਤਾਂ ਦਾ ਬੱਬਰਾਂ ਤੇ ਕੋਈ ਅਸਰ ਨਾ ਹੋਇਆ। ਬੱਬਰ ਸੰਤਾ ਸਿੰਘ ਨੇ ਪਿਸਤੌਲ ਵਿੱਚ ਗੋਲੀਆਂ ਪਰ ਜੈਲਦਾਰ ਨੂੰ ਇੰਜ ਲੰਕਾਰਿਆ।
ਬੱਬਰ ਨੇ ਪਿਸਤੌਲ ਦਾ ਕੋੜਾ ਦਵਾ ਦਿੱਤਾ। ਗੋਲੀ ਜੈਲਦਾਰ ਦੀ ਛਾਤੀ ਪਾੜ ਗਈ। ਇੱਕ ਚਿੱਠੀ ਜੈਲਦਾਰ ਦੀ ਲਾਸ਼ ਉੱਤੇ ਰੱਖ, ਬੱਬਰ ਜੈਕਾਰੇ ਛੱਡਦੇ ਅਲੋਪ ਹੋ ਗਏ। ਖਬਰ ਮਿਲਦਿਆਂ ਹੀ ਪੁਲਿਸ ਦੀ ਗਾਰਦ ਪਹੁੰਚ ਗਈ। ਜਿਉਂ ਹੀ ਐਸਪੀ ਨੇ ਲਾਸ਼ ਤੋਂ ਚਿੱਠੀ ਚੁੱਕ ਪੜ੍ਹਨੀ ਸ਼ੁਰੂ ਕੀਤੀ, ਉਸ ਦੇ ਮੱਥੇ ਤੇ ਤ੍ਰੇਲੀਆਂ ਆ ਗਈਆਂ। ਤੁਸੀਂ